ਬਹੁਤ ਬਹੁਤ ਸਵਾਗਤ ਹੈ ਸਟੂਡੈਂਟ ਸਾਰਿਆਂ ਦਾ। ਸੋ ਤੁਸੀਂ ਸਾਰਿਆਂ ਨੇ ਹੁਣ ਤੱਕ ਸੁਣ ਲਿਆ ਕਿ ਓਨਟੈਰੀਓ ਨੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਰੋਕਣੇ ਜਾਂ ਬੈਨ ਕਰਨੇ ਸਟਾਰਟ ਕਰ ਦਿੱਤੇ ਆ। ਕਿਉਂ ਰੋਕ ਰਿਹਾ ਓਨਟੈਰੀਓ, ਕਿਹੜੇ ਕਿਹੜੇ ਕੋਰਸਿਸ ਤੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਰੋਕੇ ਜਾ ਰਹੇ ਨੇ, ਐਕਚੁਅਲ ਵਿੱਚ ਕੈਨੇਡਾ ਚਾਹੁੰਦਾ ਕੀ ਹੈ, ਕਿੱਦਾਂ ਦੇ ਕੋਰਸਿਸ ਨੂੰ ਰੋਕਣਾ ਚਾਹੁੰਦਾ, ਸੋ ਕਿੱਦਾਂ ਦੇ ਕੋਰਸਿਸ ਸਿਲੈਕਟ ਕਰਨੇ ਚਾਹੀਦੇ ਆ ਹੁਣ ਸਟੂਡੈਂਟਸ ਨੂੰ, ਪਹਿਲਾਂ ਹੀ ਧਿਆਨ ਨਾਲ ਇਹ ਸਾਰੀ ਇਨਫੋਰਮੇਸ਼ਨ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ। ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ, ਬਹੁਤ ਕਨਫਿਊਜ਼ਨ ਹੈ, ਕਿਹੜੇ ਕੋਰਸਿਸ ਨੇ ਜਿਨ੍ਹਾਂ ਤੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨਹੀਂ ਮਿਲ ਰਿਹਾ? ਸਰ ਦੇਖੋ, ਸਾਰੇ ਕੋਰਸਿਸ ਨਹੀਂ ਆ। ਪਹਿਲੇ ਤਾਂ ਕਨਫਿਊਜ਼ਨ, ਫੇ ਉਹੀ ਰਿਊਮਰਸ ਕਿ ਕੈਨੇਡਾ ਬੈਨ ਹੋ ਗਿਆ, ਬੰਦ ਹੋ ਗਿਆ, ਇੱਦਾਂ ਦਾ ਕੁਛ ਨਹੀਂ ਆ। ਉਹਨਾਂ ਨੇ ਕੁਛ ਕੋਰਸਿਸ ਜਿਹੜੇ ਹੈਗੇ ਆ ਉਹਨਾਂ ਨੂੰ ਬੈਨ ਕੀਤਾ ਵਾ, ਕਿਉਂਕਿ ਉੱਥੇ ਦੇ ਮਿਨਿਸਟਰ ਨੇ ਪਹਿਲੇ ਹੀ ਕਲੀਅਰ ਕੀਤਾ ਸੀਗਾ ਕਿ ਅਸੀਂ ਫਿਊਚਰ ਹੁਣ ਉਹੀ ਸਟੂਡੈਂਟਸ ਦੇ ਨਾਲ ਕੰਟੀਨਿਊ ਕਰਾਂਗੇ ਜਿਨ੍ਹਾਂ ਦਾ ਉੱਥੇ ਜਾ ਕੇ ਉਸ ਕੋਰਸ ਨੂੰ ਕਰਕੇ ਵੈਲਿਊ ਹੋਏਗੀ ਔਰ ਉੱਥੇ ਫਿਊਚਰ ਹੋਏਗਾ। ਸੋ ਹੁਣ ਉਹਨਾਂ ਨੇ ਜਿਹੜੇ ਕੋਰਸਿਸ ਬੈਨ ਕੀਤੇ ਉਹ ਮੈਕਸੀਮਮ ਜਿਹੜੇ ਕੋਰਸਿਸ ਹੈਗੇ ਉਹ ਬਿਜ਼ਨਸ ਦੇ ਰਿਲੇਟਡ ਹੈਗੇ ਆ। ਔਰ ਸਭ ਤੋਂ ਮੇਨ ਚੀਜ਼ ਮੈਂ ਕਲੀਅਰ ਕਰਦਾ ਕਿ ਉਹ ਜਿਹੜੇ ਕੋਰਸਿਸ ਹੈਗੇ ਉਹ 1 ਈਅਰ ਵਾਲੇ ਆ। ਸੋ ਅਗਰ ਤੁਸੀਂ ਲਿਸਟ ਦੇਖੋ, ਲਿਸਟ ਦੇ ਵਿੱਚ ਕੋਰਸ ਵੀ ਹੈਗੇ ਆ ਔਰ ਕਿਹੜੇ ਕਿਹੜੇ ਕੋਰਸਿਸ ਹੈਗੇ ਉਹ ਵੀ ਮੈਂਸ਼ਨ ਹੈਗੇ ਆ। ਔਰ 1 ਸਾਲ ਵਾਲੇ ਬੈਨ ਹੋਏ ਆ, ਨਾ ਕਿ 2 ਸਾਲ ਵਾਲੇ। ਸੋ ਹਾਂ, ਇਹਦੇ ਤੋਂ ਇਹ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਡੇ ਪ੍ਰੋਫੈਸ਼ਨਲ ਕੋਰਸਿਸ ਹੈਗੇ ਆ ਉਹਨਾਂ ਦੀ ਵੈਲਿਊ ਹੋਏਗੀ। ਇੰਜੀਨੀਅਰਿੰਗ ਹੋ ਗਿਆ ਜਾਂ ਜਿਹੜੇ ਸਟੂਡੈਂਟਸ ਨੋਨ ਮੈਡੀਕਲ ਕਰਕੇ ਜਾ ਰਹੇ ਆ, ਡਾਟਾ ਐਨਾਲਿਸਟਿਕਸ ਹੋ ਗਏ, ਸੋ ਉਹ ਚੀਜ਼ਾਂ ਦੀ ਵੈਲਿਊ, ਕਿਉਂਕਿ ਮੇ ਵੀ ਹੋ ਸਕਦਾ ਕਿ ਓਨਟਾਰੀਓ ਕੈਂਪਸ ਨੂੰ ਉਹਨਾਂ ਦੀ ਜ਼ਰੂਰਤ ਹੋਵੇ, ਕਿਉਂਕਿ ਹੁਣ ਉਹ ਬਹੁਤ ਕਲੀਅਰ ਕੱਟ ਚੀਜ਼ਾਂ ਹੈਗੀਆਂ ਕਿ ਉਹਨਾਂ ਨੇ ਉਹੀ ਸਟੂਡੈਂਟ ਨੂੰ ਅਟੈਸਟੇਸ਼ਨ ਲੈਟਰ ਦੇਣਾ ਵਾ ਜਿਹਨਾਂ ਦਾ ਉੱਥੇ ਫਿਊਚਰ ਹੋਏਗਾ। ਹਾਂ, ਉਹਨਾਂ ਤੋਂ ਹੁਣ ਅਨਦਰ ਆਲਟਰਨੇਟਿਵ ਇਹ ਆ ਕਿ ਉਹ ਹੋਰ ਪ੍ਰੋਵਿੰਸ ਦੇ ਵਿੱਚ ਕਰ ਸਕਦੇ। ਸਨੇਹਾ ਜੀ, ਤੁਸੀਂ ਕਿਹਾ ਕਿ ਟੈਕਨੀਕਲ ਕੋਰਸਿਸ ਜ਼ਿਆਦਾ, ਨੋਨ ਮੈਡੀਕਲ ਵਾਲੇ ਵੀ ਕਈ ਵਾਰੀ ਨੋਨ ਟੈਕਨੀਕਲ 'ਚ ਚਲੇ ਜਾਂਦੇ ਸੀ? ਬਿਲਕੁਲ ਚਲੇ ਜਾਂਦੇ ਸੀਗੇ, ਕਿਉਂਕਿ ਕਿਉਂਕਿ ਦੇਖੋ, ਇੱਕ ਤਾਂ ਪ੍ਰੋਫੈਸ਼ਨਲ ਕੋਰਸਿਸ ਜਿਹੜੇ ਐਕਸਪੈਂਸਿਵ ਵੀ ਹੈਗੇ ਆ, ਹਰ ਕਿਸੇ ਦੀ ਕਹਿ ਲਓ ਕਿ ਪੋਕਿਟ ਨਹੀਂ ਹੁੰਦੀ ਆ। ਔਰ ਉਹ ਤੋਂ ਬਾਅਦ ਸੈਕਿੰਡ ਚੀਜ਼ ਕੀ ਹੈਗੀ ਆ ਕਿ ਉਹਨਾਂ ਨੂੰ ਹੁੰਦਾ ਕਿ ਪਤਾ ਨਹੀਂ ਅਸੀਂ ਉਹ ਸਟੱਡੀ ਨੂੰ ਕੰਪਲੀਟ ਕਰ ਪਾਵਾਂਗੇ, ਇੱਦਾਂ ਦਾ ਡਰ ਵੀ ਹੁੰਦਾ ਵਾ। ਸੋ ਉਹਨਾਂ ਲਈ ਮੈਂ ਇਹ ਕਹੂੰਗੀ, ਕਿਉਂਕਿ ਦੇਖੋ ਉੱਥੇ ਤਾਂ ਹੁਣ ਇਹ ਕੰਪਰੋਮਾਈਜ਼ ਨਾ ਕਰਨ, ਕਿਉਂਕਿ ਰੈਲੇਵੈਂਸੀ ਵੀ ਇੱਕ ਕੋਰਸ ਦੀ ਬਣਦੀ। ਜਦੋਂ ਅਸੀਂ ਨੋਨ ਮੈਡੀਕਲ ਤੋਂ ਬਾਅਦ ਵੀ ਅਸੀਂ ਕਮਰਸ ਬਿਜ਼ਨਸ ਸੈਕਸ਼ਨ 'ਚ ਜਾਂਦੇ ਸੀਗੇ, ਸੋ ਹੁਣ ਆਹ ਵਾਲਾ ਰਿਸਕ ਬਿਲਕੁਲ ਨਾ ਲਓ, ਉਹੀ ਰੈਲੇਵੈਂਟ ਵੀ ਰੱਖੋ, ਕਿਉਂਕਿ ਹੁਣ ਵੀਜ਼ਾ ਬਹੁਤ ਚੈਲੇਂਜਿੰਗ ਰਹਿਣਾ ਵਾ। ਸੋ ਸਟ੍ਰੀਮ ਨਾ ਚੇਂਜ ਕਰੋ, ਔਰ ਮੋਰ ਓਵਰ ਅਗਰ ਤੁਹਾਨੂੰ ਸਟ੍ਰੀਮ ਚੇਂਜ ਕਰਨੀ ਆ ਤਾਂ ਸੇਮ ਪ੍ਰੋਵਿੰਸ ਦੇ ਵਿੱਚ ਨਾ ਕਰੋ ਜੀ। ਸੋ ਬਹੁਤ ਇੰਪੋਰਟੈਂਟ ਹੈ, ਐਗਜ਼ੈਕਟਲੀ ਕੈਨੇਡਾ ਕੀ ਚਾਹੁੰਦਾ, ਇੱਕ ਪ੍ਰੋਵਿੰਸ ਦਾ ਮਸਲਾ ਹੈ ਜਾਂ ਬਾਕੀਆਂ ਦਾ ਵੀ? ਦੇਖੋ ਨਹੀਂ, ਸਿਰਫ ਹਾਲੇ ਤੱਕ ਤਾਂ ਓਨਟਾਰੀਓ ਪ੍ਰੋਵਿੰਸ ਦਾ, ਕਿਉਂਕਿ ਦੇਖੋ ਉਹਨਾਂ ਨੇ ਪਹਿਲੇ ਹੀ ਕਿਹਾ ਸੀਗਾ, ਕਿਉਂਕਿ ਇਹ ਜਿਹੜਾ ਪ੍ਰੋਵਿੰਸ ਹੈਗਾ ਬਹੁਤ ਵੱਡਾ, ਮੈਕਸੀਮਮ ਕਾਲਜਿਸ ਯੂਨੀਵਰਸਿਟੀਜ਼ ਉੱਥੇ ਆ, ਤਾਂ ਉਹਨਾਂ ਦੀ ਪਹਿਲੇ ਤੋਂ ਹੀ ਉਹ ਕੋਰਸਿਸ 'ਤੇ ਨਜ਼ਰ ਸੀਗੀ। ਉਹਨਾਂ ਨੇ ਸਾਫ਼ ਕਿਹਾ ਸੀਗਾ ਕਿ ਅਸੀਂ ਉਹਨਾਂ ਨੂੰ ਬੈਨ ਕਰਾਂਗੇ ਹੀ ਕਰਾਂਗੇ। ਪਹਿਲੇ ਉਹਨਾਂ ਨੇ PPP ਕਾਲਜਿਸ ਕੀਤੇ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ PPP ਕਾਲਜਿਸ ਸੀਗੇ ਉਹ ਵੀ ਓਨਟਾਰੀਓ ਪ੍ਰੋਵਿੰਸ ਦੇ ਵਿੱਚ ਸੀਗੇ, ਹੁਣ ਉਹਨਾਂ ਨੇ ਕੋਰਸਿਸ 'ਤੇ ਬੈਨ ਲਗਾ ਤਾ, ਤਾਂ ਗੱਲ ਤਾਂ ਅੱਛੀ ਆ। ਔਰ ਉਹ ਤੋਂ ਇਲਾਵਾ ਮੈਂ, ਅਗਰ ਤੁਸੀਂ ਮੇਰੇ ਲਾਸਟ ਸ਼ੋਅਜ਼ ਦੇਖੇ ਹੋਗੇ ਤਾਂ ਮੈਂ ਸਟੂਡੈਂਟਸ ਨੂੰ ਪਹਿਲੇ ਹੀ ਕਹਿ ਰਹੀ ਸੀਗੀ ਕਿ ਜਿਹੜਾ ਆਫਰ ਲੈਟਰ ਹੈਗਾ ਵਾ ਉਹ ਤੁਸੀਂ ਐਟਲੀਸਟ 2 ਪ੍ਰੋਵਿੰਸ ਦੇ ਵਿੱਚ ਅਪਲਾਈ ਕਰੋ, ਕਿਉਂਕਿ ਹੁਣ ਸਟੂਡੈਂਟ ਨੂੰ ਆਪਣਾ ਇੱਕ ਬੀ ਪਲਾਨ ਹਮੇਸ਼ਾ ਰੈਡੀ ਰੱਖਣਾ ਪੈਣਾ। ਪਹਿਲੇ ਵਾਲੀ ਗੱਲ ਨਹੀਂ ਹੈਗੀ ਕਿ ਆਫਰ ਲੈਟਰ ਜਿਹਦਾ ਆ ਗਿਆ
ਉਹਦਾ ਤੁਹਾਡਾ ਅਟੈਸਟੇਸ਼ਨ ਲੈਟਰ ਵੀ ਆ ਜਾਣਾ। ਸੋ ਉਦੋਂ ਤੱਕ ਸਾਡੇ ਕੋਈ ਹੋਰ ਆਪਸ਼ਨ ਹੋਏਗੀ ਤਾਂ ਹੀ ਅਸੀਂ ਉਹਨੂੰ ਪਿਚ ਕਰਾਂਗੇ ਨਾ। ਸੋ ਮੈਂ ਸਟੂਡੈਂਟਸ ਨੂੰ ਇਹੀ ਐਡਵਾਈਸ ਕਰੂੰਗੀ ਕਿ ਓਨਟਾਰੀਓ ਪ੍ਰੋਵਿੰਸ ਦਾ ਇਹ ਕੋਰਸਿਸ ਬੈਨ ਹੈਗੇ ਆ, ਤੁਸੀਂ ਹੋਰ ਪ੍ਰੋਵਿੰਸ ਦੇ ਵਿੱਚ ਕਰ ਸਕਦੇ ਹੋ। ਸੋ ਉਹਦੇ ਲਈ ਟਾਈਮ ਸਿਰ ਆਪਣਾ ਅਪਲਾਈ ਕਰੋ ਔਰ ਦੋ ਆਪਸ਼ਨਸ ਲੈ ਕੇ ਚੱਲੋ। ਅਟੈਸਟੇਸ਼ਨ ਲੈਟਰ ਸਨੇਹਾ ਜੀ ਕਿੰਨੀ ਦੇਰ ਚ ਆ ਰਿਹਾ? ਸਰ ਦੇਖੋ ਪ੍ਰੋਵਿੰਸ ਟੂ ਪ੍ਰੋਵਿੰਸ ਆ, ਕਿਉਂਕਿ ਜਿਹੜੇ ਪ੍ਰੋਵਿੰਸ ਦੇ ਆਉਣੇ ਸਟਾਰਟ ਹੋ ਗਿਆ ਤਾਂ 10 ਡੇਜ਼ ਦੇ ਵਿੱਚ ਵੀ ਆ। ਈਵਨ ਕਿ ਜਿਹਨਾਂ ਦੀ ਅਟੈਸਟੇਸ਼ਨ ਲੈਟਰਸ ਆਈਆਂ ਉਹਨਾਂ ਦੇ ਰਿਜ਼ਲਟਸ ਵੀ ਵਿਦਇਨ 10 ਡੇਜ਼ ਆ ਗਏ ਆ, ਠੀਕ ਹੈ। ਸੋ ਹੁਣ ਟਾਈਮ ਲੱਗੇਗਾ, ਬਟ ਹਰ ਪ੍ਰੋਵਿੰਸ ਦਾ ਥੋੜ੍ਹਾ ਸਿਸਟਮ ਡਿਫਰੈਂਟ ਆ। ਕੋਈ ਤੁਹਾਡੇ ਕੋਈ ਐਪਲੀਕੇਸ਼ਨ ਭੇਜ ਕੇ ਇੱਕ ਫਾਰਮ ਫਿਲ ਕਰਾਉਂਦਾ ਵਾ, ਦੈਨ ਤੁਹਾਡੀ ਅਟੈਸਟੇਸ਼ਨ ਲੈਟਰ ਆਉਂਦੀ ਹੈ, ਕਈਆਂ ਦੀ ਡਾਇਰੈਕਟ ਆਉਂਦੀ ਹੈ। ਸੋ ਇਟਸ ਡਿਪੈਂਡ ਅਪੋਨ ਪ੍ਰੋਵਿੰਸ ਟੂ ਪ੍ਰੋਵਿੰਸ, ਬਟ ਰਿਸੀਵ ਜਿਹੜੀਆਂ ਮੈਂ ਦੇਖਿਆ ਵਾ ਉਹ ਵਿਦਇਨ 10 ਡੇਜ਼ ਔਰ ਵੀਕ ਦੇ ਵਿੱਚ ਆ ਰਹੀਆਂ। ਸੋ ਸਟੂਡੈਂਟਸ ਲਗਾਤਾਰ ਜਿਹੜਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇ ਅਪਡੇਟਸ ਨੇ ਉੱਤੇ ਨਜ਼ਰ ਬਣਾ ਕੇ ਰੱਖਾਂਗੇ, ਤੁਹਾਡੇ ਨਾਲ ਸਾਰੇ ਅਪਡੇਟਸ ਅਸੀਂ ਸ਼ੇਅਰ ਕਰਦੇ ਰਵਾਂਗੇ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ।